एक हाफी गेंद इस बात को चली है, अभी दो क्वार्टर बाकी है, इस तो आगे मैच की तरह आराम के आगे मिलना मेरी टीम के दरमियान के लिए जाऊंगा। ਕਬੱਡੀ ਦਾ ਮਾਣ ਨੇ ਖਿਡਾਰੀ
ਉੱਥੇ ਸ਼ਹੀਦ ਊਧਮ ਸਿੰਘ ਸਲਾਮੀ ਦੀ ਧਰਤੀ ਹੈ ਜਿਹੜਾ ਸੰਗਰੂਰ ਅਕਾਲੀ ਫੂਲਾ ਸਿੰਘ ਜੋ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਨੇ ਉਹਨਾਂ ਪਿੰਡ ਦੀ ਮੂਲ ਦੇ ਲਾ ਕੇ ਦੇਲਾ ਹੈ ਇਸ ਏਰੀਏ ਦੇ ਵਿੱਚ ਸੰਤ ਸ੍ਰੀ ਵੀਰ ਸਦੇ ਮਹਾਨ ਸਿੱਖ ਪੰਥ ਦੇ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਕੀਤਾ ਉਹ ਵੀ ਇਸੇ ਸੰਗਰੂਰ ਜਿਹੜੇ ਨੁਮਾਨ ਹੈ ਬਹੁਤ ਸਾਰੇ ਮਹਾਨ ਜੋ ਸ਼ਖਸੀਅਤ ਆ ਜਿਹਨਾਂ ਦਾ ਇਤਿਹਾਸ ਦੇ ਮੰਜ਼ਲ ਤੇ ਨਾਂ ਹੈ ਇਸ ਸੰਗਰੂਰ ਨੂੰ ਅੱਜ ਗੱਲ ਹੋਈ ਹੈ ਕਿ ਵੱਡੀ ਜੀ ਨਾ ਸਾਹਮਣੇ ਮੈਦਾਨ ਦੇ ਵਿੱਚ ਵੱਡੀ ਇਹ ਹੈ ਰਾਸ਼ਟਰ ਪੜਾਅ ਸ੍ਰੀ ਲੰਕਾ ਦੀ ਟੀਮ ਦਾ ਖਿਡਾਰੀ ਹਰ ਕੇ ਕਦਮ ਲੈ ਕੇ ਵਾਧਾ ਹੋਇਆ ਚਾਰ ਹੋ ਗਿਆ ਵੀ ਚਾਰ ਔਰ ਚਾਰ ਨੇ ਬੜੀ ਸਨਮਾਨ ਦੇ ਵਿੱਚ ਹੁੰਦੀ ਹੀ ਕਿਹਾ ਹੈ ਕਵੇਂ ਸਿੰਘ ਗਿਰਵਾ ਦੇ ਕਹਿੰਦੇ ਹੋਏ ਤੇ ਵੱਧ ਕੇ ਨੌਜਵਾਨ ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ ਖੜਿਆ ਹੋਇਆ ਕਿੱਟਾ ਜਾਮ ਜਾਮ ਪਾਉਣ ਦੇ ਕੋਸ਼ਿਸ਼ ਕਰਦਾ ਪਾਣੀ ਇਸ ਸਮੇਂ ਜਾਫੀ ਦੇ ਵਾਸਤੇ ਮਿਲਦਾ ਹੋਇਆ ਸਹਿਰਾ ਆਉਂਦੀ ਗੀਤ ਲਈ ਇਹ ਨੌਜਵਾਨ ਇੱਕ ਅੰਗਰਾ ਹੋਰ ਵਾਧਾ ਕਰਦਾ ਹੋਇਆ ਸ਼ਾਨਦਾਰ ਮੁਕਾਬਲਾ ਮਾਨਯੋਗ ਸ਼ਖਸੀ ਦਾ ਪੰਜਾਬ ਸਰਕਾਰ ਦੇ ਸਪੋਰਟਸ ਡਿਪਾਰਟਮੈਂਟ ਪੰਜਾਬ ਜੋ ਸ਼ੇਵਾ ਵਾਲ ਕੁਆਲਿਟੀ ਕੱਪ ਲੈ ਕੇ ਪੁੱਜਿਆ ਹੈ ਅੱਜ ਪੰਜਾਬੀਆਂ ਦੇ ਲਈ ਦੁਨੀਆਂ ਭਰ ਦੇ ਖਿਡਾਰੀ ਆਏ ਨੇ ਰਾਤ ਦੇ ਪਹਿਲੀ ਗੱਡੀ ਪਾਉਣ ਦੇ ਵਾਸਤੇ ਸਿਰ ਹਲਕੇ ਕਲਮਾਂ ਦੇ ਨਾਲ ਅੱਗੇ ਵੱਲ ਵਧਿਆ ਹੋਇਆ ਇਹ ਨੌਜਵਾਨ ਮੁਰਲਈ ਸਿਆਹ ਨੌਕਰੀ ਦਾ ਖਿਡਾਰੀ ਵਾਂਗੇ ਦਾ ਚਾਹਤਾ ਹੋਇਆ ਕੋਈ ਮੌਕਾ ਨਹੀਂ ਦੇ ਰਿਹਾ ਆਪਣੇ ਰੋਗੀਆਂ ਨੂੰ ਇੱਕ ਵਾਰ ਹੋਰ ਆਪਣੀ ਟੀਮ ਦੇ ਲਈ ਜੋੜਾ ਹੋਇਆ ਆਪੀਆਂ ਮਾਰਦਾ ਹੋਇਆ ਕਿ ਥਾਪੀ ਬੜੀ ਥਾਪੀ ਬੜੀ ਵੰਡ ਕੇ ਧਾਮੀ ਦੇ ਵਾਸਤੇ ਜੁੜਦਾ ਹੋਇਆ ਸਹਿਰਾਂ ਦੀ ਟੀਮ ਦੇ ਵਾਸਤੇ ਇਹ ਨੌਜਵਾਨੀ ਦਾ ਹੋਰ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਮੈਦਾਨ ਦੇ ਵਿੱਚ ਖੜੇ ਹੋਏ ਨੌਜਵਾਨ ਇਸ ਵੇਲੇ ਸ਼੍ਰੀਲੰਕਾ ਦੀ ਟੀਮ ਦਾ ਖਿਡਾਰੀ ਸਾਂਤਾ ਸਾਂਤੇ ਦੀ ਮੈਦਾਨ ਦੇ ਵਿੱਚ ਇਹ ਬੱਲੀ ਦੇ ਦੂਸਰੇ ਪਾਸੇ ਕੋਟਾ ਮੰਡਲ ਖਿੱਚ ਮਾਰੀਏ ਸਰੋਜਾ ਦੇ ਆਪੀਏ ਸੇਜ ਦੇ ਸਮੇਂ ਫਿਰ ਮੁਕਾਬਲਾ ਕਰਦਾ ਹੋਇਆ ਬਹੁਤ ਵਧੀਆ ਅੰਦਾਜ਼ ਦੇ ਇਸ ਵੇਲੇ ਲੱਗਿਆ ਹੋਇਆ ਜਸ ਹੈ ਕਿ ਇਸ ਕਿਰ ਦਾ ਸਮਾਂ ਸਮਾਂ ਬਲਵਾਨ ਸਮਾਂ ਖਰੀਦਾ ਜਾ ਰਿਹਾ ਹੈ ਨਾਓ ਕੋਣ ਇਹ ਇਸ ਜਾਫੀ ਦੇ ਲਈ ਕਦਾ ਕੰਮ ਕਰਿਆ ਹੋਇਆ ਮੂਰਤ ਦਾ ਸ਼ਹੀਦ ਉਹਨਾਂ ਨੂੰ ਸੰਖੇਪ ਕਰੀਏ ਅੱਜ ਕਬੱਡੀ ਦੀ ਬੱਲੇ ਬੱਲੇ ਹੈ ਕਿ ਬੱਲੇ ਬੱਲੇ ਦੀ ਕਬੱਡੀ ਸਰਾਜਾ ਨੂੰ ਤੇਰੇ ਨੀਚੇ ਆਹਿਆ ਦੇ ਰਿਹਾ ਸਾਵਾ ਸਾਵਾ ਇਹ ਕਬੱਡੀ ਸਰਾਜਾ ਨੂੰ ਤੇਰੇ ਨੀਚੇ ਆਹਿਆ ਦੇ ਰਿਹਾ ਕਬੱਡੀ ਚੱਪ ਹੈ ਅੱਜ ਪ੍ਰਧਾਨ ਦੇ ਵਿੱਚ ਫਿਰ ਕਬੱਡੀ ਸ਼੍ਰੀਲੰਕਾ ਦੀ ਟੀਮ ਦਾ ਖਿਡਾਰੀ ਪਾਉਣ ਦੇ ਵਾਸਤੇ ਇਸ ਸਮੇਂ ਸ਼ਹਿਰਾਂ ਨੂੰ ਵੀ ਕੀਤਾ ਖਿਡਾਰੀ ਸ਼ਹਿਰਾਂ ਨੂੰ ਵੀ ਕੀਤਾ ਖਿਡਾਰੀ ਇਸ ਸਮੇਂ ਅੱਗੇ ਵਧ ਰਿਹਾ ਹੋਇਆ ਬਹੁਤ ਵਧੀਆ ਅੰਦਾਜ਼ ਦੇ ਵਿੱਚ ਕੋਈ ਕਬੱਡੀ ਇਹ ਸਰਾਜਾ ਖਿਡਾਰੀ ਦੀ ਔਰ ਦੂਜੇ ਪਾਸੇ ਚਾਰ ਕਾਫੇ ਦੇ ਵਿੱਚੋਂ ਵੱਧ ਕੇ ਨੌਜਵਾਨ ਇਸ ਸਮੇਂ ਗੁੱਟ ਫੜਨ ਦੀ ਕੋਸ਼ਿਸ਼ ਕਰਦਾ ਹੋਇਆ ਸ਼ਾਂਤਾ ਦੇ ਮੁਕਾਬਲਾ ਹੋਇਆ ਪਰ ਇਹ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਜਾ ਰਹੇ ਹੈ ਸ਼ਹਿਰਾਂ ਨੂੰ ਵੀ ਕੀਤੇ ਹਿੱਸੇ ਇਹ ਪੁਆਇੰਟ ਜੁੜਦਾ ਹੋਇਆ ਸ਼ੁਰੂ ਹੋ ਗਿਆ ਵਰਲਡ ਕੱਪ ਦੋਸਤੋ ਖਿਡਾਰੀ ਸਾਰੇ ਹੀ ਆਉਣ ਦਿਖਾਉਣਗੇ ਜੀ ਜਾਂਦੇ ਸੁਰਖ ਪੁੱਜੇ ਨੇ ਜੱਫੇ ਲਾਉਣੇ ਦਲਾਲ ਕਰਾਉਣਗੇ ਜਿੱਡਾ ਪਾਉਣਗੇ ਜੀ ਗ੍ਰਾਨੀ ਵੀ ਕਰਕੇ ਆਏ ਨੇ ਫਰਜ਼ ਤਿਆਰੀ ਜਿਹੜੇ 2 ਕਰੋੜ ਰਿੰਡ ਕਰਾਉਣਗੇ ਜੀ ਜਿਹੜੀ ਟੀਮ ਇਹ ਖਿਤਾਬ ਦਿੱਤਾ ਹੈ ਉਹੀ ਦੇਸ਼ ਦਾ ਨਾਮ ਦਿਖਾਉਣਗੇ ਜੀ ਕਰਮਜੀਤ ਹਰਿਓਜੀ ਦੇ ਵਿੱਚ ਜ਼ੋਰ ਹੋਣਾ ਉਹੀ ਟਰੈਕਟਰ ਦੇ ਕੇ ਜਾਪੂ ਲਿਆਉਣਗੇ ਜੀ ਉਹੀ ਟਰੈਕਟਰ ਦੇ ਕੇ ਜਾਪੂ ਲਿਆਉਣਗੇ ਜੀ ਨਾ ਅਗਲੀ ਕੋਈ ਫਿਰ ਪ੍ਰਧਾਨ ਦੇ ਵਿੱਚ ਪਾਉਂਦਾ ਹੈ ਇਹ ਨੌਜਵਾਨ ਸ਼੍ਰੀਲੰਕਾ ਦੀ ਟੀਮ ਦਾ ਖਿਡਾਰੀ ਤਾਰੂ ਦੀ ਕੱਢੀ ਪ੍ਰਾਂਤ ਦੇ ਵੀ ਪੈਂਦੀ ਹੋਈ ਦੂਸਰੇ ਪਾਸੇ ਸੇਡੂ ਨੌਜਵਾਨ ਇਹ ਅੱਜ ਬਹੁਤ ਵਧੀਆ ਜਾਇ ਹੈ ਸ਼ਹਿਰਾਂ ਨੂੰ ਕੇਂਦਰੀ ਕੀਤਾ ਗਿਆ ਹੋਰ ਵਾਧਾ ਕਰਦਾ ਹੋਇਆ ਕਬੱਡੀ ਦੇ ਪ੍ਰੇਮੀ ਕਬੱਡੀ ਦੇ ਦੀਵਾਨੇ ਅੱਜ ਵੱਡੀ ਤਾਦਾਦ ਦੇ ਵਿੱਚ ਪੁੱਜੇ ਹੋਏ ਨੇ ਜਿਹੜੇ ਨਾਲ ਹਰਿਆਣਾ ਸਟੇਟ ਵੀ ਹਰਿਆਣਾ ਤੋਂ ਵੀ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਕਬੱਡੀ ਦਾ ਰੁਖ ਕਰਨ ਲਈ ਪੁੱਜੇ ਨੇ ਲੇਕਿਨ ਫਿਰ ਕਬੱਡੀ ਪਾਉਣ ਲਈ ਨੌਜਵਾਨ ਅੱਗੇ ਵੱਲ ਵਧਿਆ ਨਾ ਫਿਰ ਕਬੱਡੀ ਵੱਡੀ ਇਸ ਸਮੇਂ ਸ਼੍ਰੀਲੰਕਾ ਦੀ ਟੀਮ ਦਾ ਕਿਹੜਾ ਜਾਦੂ ਕੋਸ਼ਿਸ਼ ਕਰੇਗਾ ਜਿਹੜਾ ਨਾਮ ਤਾਂ ਬੜੀ ਛੋਟੀ ਮੋਟੀ ਚੱਲ ਰਹੀ ਹੈ ਸ਼੍ਰੀਲੰਕਾ ਦੇ 4 ਨੰਬਰ ਨੇ ਤੇ ਸਾਹਮਣੇ ਵੇਜੇ ਬਜਵਾਨ ਆਪਣੀ ਕੱਢੀ ਹੱਥ ਦੇ ਕਰ ਲਏਗਾ ਇਹ ਪੁਆਇੰਟ ਜਿਹੜਾ ਬਸੰਤ ਤੋਂ ਪ੍ਰਾਪਤ ਕਰਦਾ ਹੈ ਇਹ ਨੌਜਵਾਨ ਇਹਦਾ ਹੋਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਬਸੰਤ ਤੋਂ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਅਗਲੀ ਬੜੀ ਨਾਮ ਦੇ ਵਿੱਚ ਫਿਰ ਉੱਚਾ ਲੰਮਾ ਕਰਦਾ ਹੈ ਬਹੁਤ ਹੀ ਸ਼ਾਨਦਾਰ ਅੰਦਾਜ਼ ਦੇ ਵਿੱਚ ਅੱਗੇ ਵੱਲ ਵਧਿਆ ਹੋਇਆ ਇਹ ਨੌਜਵਾਨ ਖਿਡਾਰੀ ਸ਼੍ਰੀਲੰਕਾ ਦੀ ਟੀਮ ਦਾ ਰਾਸ਼ਟਰ ਆਇਕ ਕਬੱਡੀ ਵਾਇ ਹੈ ਉੱਪਰ ਕੇ ਕਬੱਡਾ ਚਾਹੀ ਹੈ ਜਵਾਨ ਕਬੱਡਾ ਕਿਹਾ ਅਮਰਿੰਦਰ ਸਿੰਘ ਜੀ ਅਪਾਰ ਸਾਹਿਬ ਦਾ ਬਹਿਤਰ ਵਾਇ ਹੈ ਸ਼੍ਰੀਲੰਕਾ ਦੀ ਟੀਮ ਦੇ ਸਵਾਗਤ ਕਰਦੇ ਹਾਂ ਅਗਲੀ ਕਬੱਡੀ ਇਹ ਮੈਦਾਨ ਦੇ ਵਿੱਚ ਨੌਜਵਾਨ ਇਸ ਸਮੇਂ ਖਿਡਾਰੀ
ਆਦਾ ਹੈ ਪਾਪੀਆਂ ਨਗਰਾ ਕਮਰਾ ਫਿਰ ਕੋਣ ਲਗੇ ਬਾਸ ਜਾਂਦਾ ਹੈ ਕੇਂਦਰੀ ਬੜੀ ਹੀ ਖੇਡ ਭਾਵਨਾ ਦਿਖਾਈ ਗਈ ਹੈ ਮਰਨੇ ਦੇ ਬਦੋਂ ਜਿਸ ਤਰ੍ਹਾਂ ਸ੍ਰੀ ਕਾਂਤਾ ਦੇ ਦਿਖਾਈ ਦੇ ਰਹੀ ਹੈ ਤੇ ਚੋਟ ਆਈ ਹੈ ਜਿਸ ਤਰ੍ਹਾਂ ਸੇ ਕਿਹਦਾ ਜਿਹੜਾ ਆਪਣਾ ਸਿਕਰਨ ਕਹਿਣਾ ਲੱਗਾ ਹੈ ਗਿਆ ਔਰ ਡਾਕਟਰ ਜੀ ਦੀ ਮਦਦ ਹੈ ਉਹ ਅੰਬੈ ਦੇ ਨੰਬੋ ਬਦੋਂ ਮੰਗੀ ਜਾ ਰਹੀ ਹੈ ਇਹਨੇ ਉਹ ਵਿਦੇਸ਼ੀ ਮੈਡੇ ਟਾਈਮਾਂ ਦੇ ਖਿਡਾਰੀ ਜੋ ਭਾਰਤੀ ਖਿਡਾਰੀ ਕਰਨ ਦੀ ਮੋਹਨ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹੈ ਬੜਾ ਖੁਸ਼ ਔਰ ਇਹ ਬਾਹਰ ਬੈਠ ਕੇ ਮੈਚ ਨਾਲ ਜਿਹੜਾ ਆਨੰਦ ਮਾਣ ਰਹੇ ਹੋਏ और दोबारा वापस अपनी ਬੜੀ ਆਸਾਨੀ ਨੌਜਵਾਨ ਕੱਢੀ ਹੈ ਕੋਈ ਮੌਕਾ ਨਹੀਂ ਦਿੱਤਾ ਜਾ ਰਿਹਾ ਉਹ ਜਿਹੜੇ ਆਜ਼ਾਦੀ ਦੇ ਵਾਸਤੇ ਸਹਾਰਾ ਵਾਲੀ ਟੀਮ ਦੇ ਵਾਸਤੇ ਜੁੜਦਾ ਹੋਇਆ ਸ਼ਾਨਦਾਰ ਮੁਕਾਬਲਾ ਦੋਨੋਂ ਟੀਮਾਂ ਦੇ ਦਰਮਿਆਨ ਇਸ ਸਮੇਂ ਮੈਦਾਨ ਦੇ ਵਿੱਚ ਚੱਲਦਾ ਹੋਇਆ ਸਹਾਰਾ ਵਾਲੀ ਦੇ ਤ੍ਰਿਆ ਗਰੁੱਪ ਦੇ ਸ਼ੇਅਰ ਟਿਕੇ ਸ਼੍ਰੀਲੰਕਾ ਦੇ ਅਗਲੀ ਵੱਡੀ ਬਾਂਗ ਦੇ ਵਾਸਤੇ ਫਿਰ ਹੋ ਗਿਆ ਇਹ ਦੇਣੇ ਕਦੋਂ ਨੇ ਬੋਲੀ ਨਾ ਕਰਦੇ